ਸੰਯੁਕਤ ਰਾਜ ਅਮਰੀਕਾ ਵਿੱਚ ਨਵਾਂ ਸ਼ਹਿਰ ਤੋਂ ਇੱਕ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲੜਕੇ ਹਰਪ੍ਰੀਤ ਸਿੰਘ ਜੋ ਕਿ ਮਹਿਜ 9 ਮਹੀਨੇ ਪਹਿਲਾਂ ਕੈਲੀਫੋਰਨੀਆ ਸ਼ਹਿਰ ਡੋਂਕੀ ਰਾਹੀਂ ਗਿਆ ਸੀ ਦੇ ਦੋਸਤ ਨੇ ਹੀ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉੱਥੇ ਹੀ ਇਸ ਖਬਰ ਦੇ ਨਾਲ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਹਰਪ੍ਰੀਤ ਪਿਛਲੇ ਸਾਲ ਮਈ ਮਹੀਨੇ ਵਿੱਚ ਹੀ ਡੋਂਕੀ ਰਾਹੀਂ ਅਮਰੀਕਾ ਗਿਆ ਸੀ। ਉੱਥੇ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਸਰਪੰਚ ਦੇ ਮੁਤਾਬਿਕ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਤੇ ਹੱਤਿਆ ਕਰਨ ਵਾਲਾ ਵੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਕੱਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਹੱਤਿਆਰਾ ਮ੍ਰਿਤਕ ਦਾ ਪੁਰਾਣਾ ਦੋਸਤ ਵੀ ਸੀ। ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਬੇਟੇ ਦੀ ਲਾਸ਼ ਨੂੰ ਉਹਨਾਂ ਦੇ ਪਿੰਡ ਲਿਆਂਦਾ ਜਾਵੇ। ਸਰ ਇਹ ਬੁੱਧ ਰਾਮ ਦਾ ਮੁੰਡਾ ਸੀ, ਹਰਪ੍ਰੀਤ ਦਾ ਨਾਂ ਸੀਗਾ, ਤੱਤੂ ਕਹਿੰਦੇ ਸੀ ਵੈਸੇ ਇਹਨੂੰ। ਅਤੇ ਇੱਥੇ ਵਧੀਆ ਵਧੀਆ ਸੀ ਰਿਕਾਰਡ ਇਹਦਾ, ਇੱਦਾਂ ਦੀ ਕੋਈ ਗੱਲ ਨਹੀਂ ਸੀ ਵੀ ਲੜਾਈ ਝਗੜੇ ਵਾਲਾ ਹੈ ਨਹੀਂ ਸੀਗਾ, ਮੁੰਡਾ ਵਧੀਆ ਸੀਗਾ, ਇਹ ਗਰੁੱਪ ਇਹਨਾਂ ਦਾ ਵਧੀਆ ਸੀਗਾ, ਸਾਰੇ ਖੇਲਣ ਖੁੱਲਣ ਨੂੰ ਵੀ ਸਾਰੇ ਠੀਕ ਸੀਗੇ। ਇਹ ਜਦੋਂ ਮਟੂ ਦਾ ਕੇਸ ਹੋਇਆ ਨਾ, ਉਹਦੇ ਕੇਸ ਦੇ ਵਿੱਚ ਇਹ ਥੋੜ੍ਹਾ ਜਿਹਾ ਉਹਨਾਂ ਮਟੂ ਦੇ ਘਰ ਚਲੇ ਗਿਆ ਸੀਗਾ। ਉਦੋਂ ਗੱਲ ਹੋਈ ਅਤੇ ਉਹ ਫਿਰ ਕਿਸੇ ਦੇ ਘਰ ਰਹਿੰਦਾ ਸੀਗਾ, ਉਹਨੇ ਦੇਖਿਆ ਵੀ ਗਰੀਬ ਆਦਮੀ, ਇਹ ਗਰੀਬ ਆਦਮੀ ਰਗੜਿਆ ਜਾਊਗਾ, ਉਹਨੇ ਪੈਸੇ ਪੁਸੇ ਲਾ ਕੇ ਅਮਰੀਕਾ ਮੰਗਾ ਉਹਦਾ। ਉਹ 2 ਨੰਬਰ 'ਚ ਗਿਆ ਜੀ, 2 ਨੰਬਰ 'ਚ ਗਿਆ ਸੀਗਾ ਅਤੇ 2 'ਚ ਗਿਆ ਸੀਗਾ ਅਤੇ ਫਿਰ ਉਹ 9 ਕੁ ਮਹੀਨੇ ਹੋ ਗਏ ਉਹਨੂੰ ਗਏ ਨੂੰ। ਉੱਥੇ ਗਿਆ ਮਿਲਣ ਆਪਣੇ ਦੋਸਤ ਨੂੰ, ਦੋਸਤਾਂ ਦੇ ਗਿਆ ਸੀਗਾ। ਉੱਥੇ ਰਾਤ ਨੂੰ ਅੱਧੀ ਪੀਤੀ ਹੋ ਕੇ ਗੱਲਬਾਤ ਹੋਈ ਹੋਊਗੀ ਇਹਨਾਂ ਦੀ ਆਪਸ ਵਿੱਚ ਹੀ ਮੁੰਡਿਆਂ ਦੀ, ਅਤੇ ਉਹਨਾਂ ਦਾ 2 ਮੁੰਡਿਆਂ ਦੇ ਵਿੱਚ ਪੈ ਕੇ ਰਾਜੀਨਾਮਾ ਕਰਾ ਦਿੱਤਾ, ਸੈੱਟ ਹੋ ਗਏ, ਕੋਈ ਗੱਲ ਨਹੀਂ, ਬਾਤ ਨਹੀਂ ਹੋਈ। ਉਹ ਮੁੰਡਾ ਫਿਰ ਉੱਠ ਕੇ ਆਪਣੇ ਕਮਰੇ 'ਚ ਚਲੇ ਗਿਆ ਅਤੇ ਇਹ ਬਾਹਰ ਆਪਣਾ ਫੋਨ ਲੈ ਕੇ ਚਲੇ ਗਿਆ ਗੱਲਬਾਤ, ਕਹਿੰਦੇ ਜੋ ਦੱਸਿਆ ਸਾਨੂੰ ਜਿਹਨਾਂ ਮੁੰਡਿਆਂ ਦਾ ਫੋਨ ਆਇਆ ਦੋਸਤਾਂ ਨੇ, ਵੀ ਉਹ ਆਪਣੇ ਧਿਆਨ ਆਪਣੇ ਫੋਨ ਦੇਖਦਾ ਸੀਗਾ, ਉਹ ਬੰਦੇ ਨੇ ਆਪਣੇ ਵੈਪਨ ਕੱਢਿਆ, ਉਹ ਪਤਾ ਨਹੀਂ 10 ਗੋਲੀਆਂ ਮਾਰੀਆਂ, ਪਤਾ ਨਹੀਂ 4 ਮਾਰੀਆਂ, ਕਿੰਨੀਆਂ ਮਾਰੀਆਂ, ਕਹਿੰਦੇ ਉਹ ਜਿੰਨਾ ਖਾਲੀ ਕਰਤਾ ਜੀ, ਉਹ ਮੌਕੇ 'ਤੇ ਹੀ ਪੂਰਾ ਹੋ ਗਿਆ। ਕਿੱਥੇ ਦਾ ਮੁੰਡਾ ਜਿਹਨੇ ਮਾਰਿਆ ਉਹਦਾ ਨਾਮ? ਉਹ ਇੱਦਾਂ ਕੱਟਾਂ ਦਾ ਕਹਿੰਦੇ ਆ ਜੀ। ਪੱਕਾ ਨਾ, ਦੋਸਤ ਸੀਗੇ ਉਹ, ਪਹਿਲਾਂ ਇਕੱਠੇ ਰਹਿੰਦੇ ਰਹੇ ਆ, ਹਾਂ ਕੋਈ ਕਿਸੇ ਗੱਲ ਤੋਂ ਹੋ ਸਕਦਾ, ਹਾਂਜੀ ਹਾਂਜੀ ਰਾਂਝੇ 'ਚ ਆਹ ਗੱਲ ਹੋਈ ਆ। ਬਾਕੀ ਹਜੇ ਪਤਾ ਨਹੀਂ ਕੋਈ ਵੀ ਕਿੱਦਾਂ ਹੈਗੀ ਆ, ਗਰੀਬ ਆਦਮੀ ਆ, ਹੁਣ ਇਹਨਾਂ ਨੂੰ ਤਾਂ ਜ਼ਿਆਦਾ ਪਤਾ ਲੱਗਾ ਤਾਂ ਵਿਚਾਰੇ ਉੱਦਾਂ ਹੀ ਸਾਹ ਸੁੱਤੇ ਹੋਏ ਆ। ਸਰਕਾਰ ਤੋਂ ਅਸੀਂ ਮੰਗ ਕਰਦੇ ਵੀ ਗਰੀਬ ਆਦਮੀ ਆ, ਇਹਨਾਂ ਦੀ ਜਿਹੜੀ ਡੈੱਡ ਬੋਡੀ ਉਹ ਇੰਡੀਆ ਆਉਣੀ ਚਾਹੀਦੀ ਆ, ਕਿਉਂਕਿ ਸਬਰ ਮਾਪਿਆਂ ਨੂੰ ਤਾਂ ਹੀ ਆਉਂਦਾ ਜਦ ਹੱਥੀਂ ਕੰਮ ਕਰਦਾ, ਨਹੀਂ ਤਾਂ ਨਹੀਂ ਸਬਰ ਆਉਂਦਾ। ਹਾਂਜੀ ਹਜੇ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ, ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਆਪੇ ਮਾਹੌਲ ਇੱਦਾਂ ਦਾ ਬਣਿਆ ਹਜੇ, ਕਿਉਂਕਿ ਸਾਨੂੰ ਵੀ ਤੜਕੇ ਪਤਾ ਲੱਗਾ ਸੀਗੇ। ਕੈਲੀਫੋਰਨੀਆ ਵਿੱਚ ਕਹਿੰਦੇ, ਉੱਥੇ ਪਤਾ ਕਿਹੜਾ ਆ, ਅਤੇ ਹੁਣ ਦੇਖੋ ਕੀ ਹੁੰਦਾ ਆ। ਇੱਥੇ ਤਾਂ ਕੰਮ ਤਾਂ ਵਿਹਲਾ ਹੀ ਸੀਗਾ, ਹਜੇ ਤੁਹਾਨੂੰ ਦੱਸਿਆ ਵੀ ਕਿਸੇ ਦੇ ਘਰ ਕੋਠੀ ਦੇ ਵਿੱਚ ਰਹਿੰਦਾ ਸੀਗਾ, ਹਾਂਜੀ ਉੱਥੇ ਮਾਂ ਬਾਲਾ ਬਣਿਆ ਸੀਗਾ, ਅਤੇ ਕੋਈ ਬਹੁਤ ਮਾੜੀ ਗੱਲ ਆ, ਕੋਈ ਇੱਦਾਂ ਦੀ ਗੱਲ ਹੈ ਨਹੀਂ ਸੀਗੀ ਵੀ ਲੜਾਈ ਝਗੜੇ ਵਾਲੇ ਹੈ ਨਹੀਂ ਸੀਗੇ, ਪਰ ਜਿਹੜਾ ਹੋਇਆ ਕੰਮ ਹੁਣ ਬਹੁਤ ਹੀ ਜ਼ਿਆਦਾ ਮਾੜਾ ਕੰਮ ਹੋਇਆ। ਮਟੂ ਦੇ ਕਿਸੇ ਦੇ ਵਿੱਚ ਸੀਗਾ ਉਹ, ਬਸ ਆਹ ਮਾੜੀ ਮੋਟੀ ਗੱਲ ਦੇ ਵਿੱਚ ਉਹ ਰੰਜ ਸੀ ਉਹਨਾਂ ਦੀ ਚੱਲਦੀ, ਪਤਾ ਨਹੀਂ ਰੱਬ ਜਾਣਵੇ ਹੁਣ ਉਹਨਾਂ ਦੀ ਕੀ ਆਪਸ ਵਿੱਚ ਹੈਗੀ ਆ, ਵੀ ਜਿਹੜਾ ਉੱਥੇ ਜਾ ਕੇ ਵੀ ਆਹ ਕੰਮ ਹੋਇਆ। ਮੇਰੇ ਨਾਲ ਨਹੀਂ ਕੋਈ ਵੀ ਗੱਲਬਾਤ ਹੋਈ, ਘਰਦਿਆਂ ਨਾਲ ਹੋਈ ਹੋਊਗੀ। ਚੌਥ ਕਦੇ ਫੋਨ ਥੋੜੇ ਦਿਨ ਪਹਿਲਾਂ ਕਰਦੇ ਨੂੰ ਆਇਆ ਹੋਊਗਾ, ਪੁੱਛਣਾ ਪਊਗਾ ਜੀ ਕਰਦੇ ਨੂੰ। ਕੀ ਨਾਂ ਤੁਹਾਡਾ?
ਮੇਰੇ ਨਾਮ ਬੋਧਰਾਮ। ਕਿਹੜੇ ਪਿੰਡ ਆ ਤੁਹਾਡਾ? ਹੀਮਾ ਜੀ। ਅੱਛਾ, ਜਿਹੜਾ ਬੇਟਾ ਜਿਹਦੀ ਡੈਥ ਹੋਈ ਆ, ਕੀ ਉਹ ਕੀ ਨਾਂ ਸੀ ਉਹਦਾ ਅਤੇ ਕਿੰਨੀ ਉਮਰ ਸੀ? ਉਹਦੀ ਹਰਪ੍ਰੀਤ, ਹਰਪ੍ਰੀਤ ਦਾ ਨਾਂ ਆ। ਅੱਛਾ, 26 ਸਾਲ ਦੀ ਉਮਰ। ਪੜ੍ਹਿਆ ਲਿਖਿਆ ਸੀ ਕੁਛ? ਪੜ੍ਹਿਆ ਸੀ, 12 ਪੜ੍ਹਿਆ ਸੀ। 12 ਪੜ੍ਹਿਆ ਸੀ? ਹਾਂਜੀ। ਕਿੰਨੇ ਵਿੱਚ, ਉੱਦਾਂ ਕਿੰਨੇ ਵਿੱਚ ਤੁਹਾਡੇ? ਦੋ ਗੁੱਡੀਆਂ, ਦੋ ਕਾਕੇ ਦੀ। ਇਹ ਛੋਟਾ ਸੀ ਬੜਾ ਸੀ? ਇਹ ਬੜਾ ਸੀਗਾ, ਗੁੱਡੀਆਂ ਤੋਂ ਛੋਟਾ, ਗੁੱਡੀਆਂ ਤੋਂ ਛੋਟਾ ਸੀ। ਅੱਛਾ ਅੱਛਾ, ਹਾਂਜੀ। ਅਤੇ ਇਹ ਬਾਹਰ ਕਦੋਂ ਕਿੱਥੇ ਗਿਆ ਸੀ ਅਤੇ ਕਦੋਂ ਗਿਆ ਸੀਗਾ? 9 ਮਹੀਨੇ ਹੋ ਜੀ ਗਏ। ਅੱਛਾ, ਕਿਹੜੇ ਕੰਟਰੀ, ਕਿਹੜੇ ਦੇਸ਼ ਗਿਆ ਸੀ? ਅਮਰੀਕਾ ਜੀ। ਅੱਛਾ, ਕਿੱਦਾਂ ਗਿਆ ਸੀ, ਏਜੰਟ ਰੂ ਗਿਆ ਸੀ ਉੱਦਾਂ ਗਿਆ ਸੀਗਾ? ਅਤੇ ਕੀ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ, ਕੀ ਕਿੱਦਾਂ ਤੁਹਾਨੂੰ ਪਤਾ ਲੱਗਾ ਅਤੇ ਕਦੋਂ ਡੈਥ ਹੋਈ ਉਹਦੀ? ਦੇਖੋ ਜੀ, ਸਾਨੂੰ ਤਾਂ ਇੰਨੇ ਪਤਾ ਲੱਗਾ ਵੀ 4:30 ਵਜੇ ਇੱਧਰਲੇ। ਅੱਛਾ, ਇੱਧਰਲੇ ਸ਼ਾਮ ਦੇ 4:30 ਗਏ। ਅਤੇ ਕਿੱਦਾਂ ਪਤਾ ਲੱਗਾ ਵੀ ਕਿੱਦਾਂ ਮਾਰਿਆ, ਕੀ ਗੱਲ ਹੋ ਗਈ? ਦੇਖੋ ਜੀ, ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ, ਪਤਾ ਨਹੀਂ ਲੱਗਾ ਵੀ ਕਿੱਦਾਂ ਮਾਰਿਆ, ਕਿਵੇਂ ਮਾਰਿਆ। ਪਿੰਡ 'ਚ ਕਿੱਦਾਂ ਰਿਪੋਰਟ, ਠੀਕ ਸੀਗਾ? ਤੁਹਾਡੇ ਸਾਹਮਣੇ ਸਾਨੂੰ ਸਰਪੰਚ ਸਾਹਿਬ ਦੱਸਦੇ ਹੀ ਹੈ ਜੀ। ਅੱਛਾ, ਇਹਨਾਂ ਨੂੰ ਸਾਰੇ ਪਤਾ। ਅੱਛਾ, ਅਤੇ ਹੁਣ ਕੀ ਮੰਗ ਕੀ ਸਰਕਾਰ ਤੋਂ ਤੁਹਾਡੀ? ਗਰੀਬ ਆਦਮੀ ਨੇ ਨਹੀਂ ਪਹੁੰਚਿਆ ਨੀ ਸਾਡੇ ਕੋਲ, ਲੇਬਰ ਦਾ ਹੀ ਕੰਮ ਕਰਦੇ। ਹਾਂਜੀ, ਨਰਿੰਦਰ ਕੌਰ। ਅੱਛਾ, ਇਹ ਜਿਹੜਾ ਮੁੰਡਾ ਡੈਥ ਹੋਈ ਉਹਦਾ ਕੀ ਨਾਂ ਸੀਗਾ? ਤੁਹਾਡੀ ਕੋਈ ਲਾਸਟ ਗੱਲ ਹੋਈ ਆ ਵੀ ਬੇਟੇ ਨਾਲ ਕਦੇ ਥੋੜ੍ਹੇ ਦਿਨ ਪਹਿਲਾਂ? ਹੋਈ ਸੀਗੀ, ਥੋੜ੍ਹੇ ਕੁ ਦਿਨ ਪਹਿਲਾਂ ਹੀ ਹੋਈ ਸੀਗੀ। ਹਾਂਜੀ, ਠੀਕ ਠਾਕ ਹੀ ਪੁੱਛਦਾ ਸੀ ਬਸ। ਅੱਛਾ, ਹਾਂਜੀ, ਕੰਮ ਕਰਦਾ ਸੀ ਉੱਥੇ? ਉੱਥੇ ਕੀ ਕੰਮ ਕਰਦਾ ਸੀ ਦੱਸਿਆ ਹੁੰਦਾ ਜੇ? ਮੈਂ ਆਹ ਕੰਮ ਕਰਦਾ ਹਾਂ ਉੱਧਰ, ਪਤਾ ਨਹੀਂ ਮੈਨੂੰ ਇੱਦਾਂ ਭਾਈ ਕੰਮ 'ਤੇ ਤਾਂ ਜਾਂਦਾ ਸੀ। ਅਤੇ ਆਖਰੀ ਵਾਰੀ ਕੀ ਗੱਲਬਾਤ ਕੀਤੀ ਤੁਹਾਡੇ ਨਾਲ? ਬਸ ਠੀਕ ਠਾਕ ਹੀ ਪੁੱਛਦਾ ਹੁੰਦਾ ਸੀ। ਹਾਂਜੀ, ਅਤੇ ਹੁਣ ਤੁਹਾਨੂੰ ਪਤਾ ਕਦੋਂ ਪਤਾ ਲੱਗਾ ਵੀ ਤੁਹਾਡੇ ਬੇਟੇ ਨਾਲ ਆਇਆ ਗੱਲ ਹੋਈ? ਮੈਂ ਤਾਂ ਕੁੜੀ ਦੇ ਗਈ ਹੋ ਸੀਗੀ, ਮੈਨੂੰ ਤਾਂ ਰਾਤੀ ਹੀ ਪਤਾ ਲੱਗਾ, 11 ਵਜੇ ਉੱਧਰੋਂ ਫੋਨ ਆਇਆ। ਅੱਛਾ, ਹਾਂਜੀ। ਅਤੇ ਸ਼ੱਕ ਹੈਗੀ ਤੁਹਾਨੂੰ ਪਤਾ ਵੀ ਬੰਦਾ ਕੌਣ ਆ ਜਿਹਨੇ ਮਾਰਿਆ? ਕੀ ਪਤਾ ਭਾਜੀ, ਹੁਣ ਅਸੀਂ ਤਾਂ ਇੱਥੇ, ਸਾਨੂੰ ਕੀ ਪਤਾ? ਨਹੀਂ ਉਹਨੂੰ 28 ਲੱਗਾ ਸੀ, 2 ਤਰੀਕ 'ਤੇ 12 ਪੜੀਆਂ ਸੀ।